ਪਰ ਗਲਤੀ ਇਹ ਹੈ ਜਿਹੜਾ ਭੈਣੀ ਸਾਹਿਬ ਦੇ ਨਾਂ ਦੇ ਜਿਹੜੇ ਬਾਹਰਲੇ ਪਿੰਡਾਂ 'ਚ ਖੁੱਲੀਆਂ ਨਾ ਦੁਕਾਨਾਂ ਜੀ, ਉਹ ਕੰਮ ਖਰਾਬ ਕਰਦੇ। ਜਦੋਂ ਅਸੀਂ ਖੋਏ ਬਰਫੀ ਬਣਾਉਂਦੇ ਆ ਨਾ, ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ, ਖੋਇਆ, ਖੰਡ ਤੇ ਘਿਓ, ਚੌਥੀ ਚੀਜ਼ ਨਹੀਂ ਹੁੰਦੀ। ਦੂਰੋਂ ਦੂਰੋਂ ਆਉਂਦੇ ਨੇ ਲੋਕ ਸਾਡੇ ਕੋਲ ਜੀ, ਸਹੀ ਪੁੱਛੋ ਤਾਂ ਬਾਹਰ ਵੀ ਬਰਫੀ ਜਾਂਦੀ ਹੈ। ਅੱਛਾ, ਹਾਂ ਸਪੈਸ਼ਲ ਅਗਲੇ ਇੱਕ ਦਿਨ ਪਹਿਲਾਂ ਦੱਸ ਦਿੰਦੇ ਭਾਜੀ, ਅਸੀਂ ਕੱਲ੍ਹ ਨੂੰ ਸਾਡੀ ਫਲੈਟ, ਅਸੀਂ ਬਰਫੀ ਲੈ ਕੇ ਜਾਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਭੈਣੀ ਸਾਹਿਬ। ਅਤੇ ਭੈਣੀ ਸਾਹਿਬ ਦੇ ਵਿੱਚ ਭੈਣੀ ਸਾਹਿਬ ਦੀ ਬਰਫੀ ਬਹੁਤ ਮਸ਼ਹੂਰ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਬਰਫੀ ਮਸ਼ਹੂਰ ਹੈ। ਇੱਥੋਂ ਬਹੁਤ ਸਾਰੇ ਲੋਕ ਬਰਫੀ ਖਰੀਦ ਕੇ ਲੈ ਕੇ ਜਾਂਦੇ ਨੇ। ਰਾਹਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋਣੇ ਕਿ ਬਹੁਤ ਸਾਰੇ, ਚਾਹੇ ਕੁਲਫੀ ਦੀ ਗੱਲ ਹੋਵੇ, ਬਿਸਕਿਟ ਦੀ ਗੱਲ ਹੋਵੇ, ਉਹ ਵੀ ਭੈਣੀ ਸਾਹਿਬ ਦਾ ਬਹੁਤ ਮਸ਼ਹੂਰ ਹੈ, ਨਾਮਧਾਰੀ ਦੀ ਬਰਫੀ ਦੇ ਵਜੋਂ ਮਸ਼ਹੂਰ ਹੈ। ਅਤੇ ਇਸ ਵੇਲੇ ਅਸੀਂ ਇੱਕ ਦੁਕਾਨ ਦੇ ਵਿੱਚ ਖੜ੍ਹੇ ਹਾਂ, ਬਲਕਰਨ ਸਿੰਘ ਸਾਡੇ ਨਾਲ ਨੇ। ਬਲਕਰਨ ਜੀ, ਸਵਾਗਤ ਹੈ ਤੁਹਾਡਾ। ਬਲਕਰਨ ਜੀ, ਕੀ ਕਾਰਨ ਹੈ ਕਿ ਨਾਮਧਾਰੀ ਬਰਫੀ ਬਹੁਤ ਮਸ਼ਹੂਰ ਹੈ, ਹਮੇਸ਼ਾ ਹੀ ਅਸੀਂ ਸੁਣਦੇ ਆ ਰਹੇ ਹਾਂ ਅਤੇ ਬਹੁਤ ਵਾਰ ਖਾ ਕੇ ਵੀ ਦੇਖੀ ਹੈ, ਟੇਸਟੀ ਵੀ ਬਹੁਤ ਹੈ। ਹਾਂਜੀ, ਪਿਓਰ ਹੈ ਜੀ, ਬਿਲਕੁਲ ਸ਼ੁੱਧ ਹੈ। ਅੱਛਾ, ਅਤੇ ਇਹ ਮਸ਼ਹੂਰ ਹੋਣ ਦਾ ਕਾਰਨ ਕੀ ਰਿਹਾ ਇਸ ਦੇ ਪਿੱਛੇ? ਕਾਰਨ ਕੋਈ ਵੀ ਚੀਜ਼ ਜਿਹੜੀ ਮਤਲਬ ਵਧੀਆ ਹੋਊਗੀ ਤਾਂ ਅੱਛਾ ਆਟੋਮੈਟਿਕਲੀ ਮਸ਼ਹੂਰ ਹੋਊਗੀ। ਅੱਛਾ, ਇਹ ਦੇਸੀ ਘੀ ਦੀ ਹੈ ਅਤੇ ਹੋਰ ਕੀ ਖਾਸੀਅਤ ਹੈ ਬਰਫੀ 'ਚ? ਬਸ ਦੇਸੀ ਘਿਓ ਦੀ ਹੈ, ਪਿਓਰ ਹੈ। ਅੱਛਾ, ਖੋਇਆ? ਖੋਇਆ ਪਿਓਰ। ਅੱਛਾ, ਖੋਇਆ ਫਿਰ ਆਪ ਕੱਢਦੇ ਹੋ, ਕਿੱਦਾਂ ਹੁੰਦਾ? ਆਪ ਹੀ ਕੱਢਦੇ। ਕਈ ਵਾਰੀ ਤਾਂ ਹੋਰ ਸਟੇਟਾਂ 'ਚੋਂ ਵੀ ਲੈ ਕੇ ਆਉਂਦੇ ਆ ਨਾ? ਨਹੀਂ ਨਹੀਂ ਨਹੀਂ, ਆਪ ਹੀ ਕੱਢਦੇ। ਅੱਛਾ, ਕਾਫੀ ਦੁਕਾਨਾਂ ਨੇ ਇੱਥੇ ਬਰਫੀ ਦੀਆਂ? ਬਰਫੀ ਦੀਆਂ ਦੁਕਾਨਾਂ ਬਹੁਤ ਨੇ ਜੀ। ਅੱਛਾ ਜੀ, ਦੇਖੋ ਦੇਖ ਫਿਰ ਸਾਰੇ ਜਾਣੇ ਮਤਲਬ ਇਹ। ਤੁਹਾਨੂੰ ਕਿੰਨੇ ਸਾਲ ਹੋ ਗਏ ਨੇ? ਸਾਨੂੰ 20 ਸਾਲ ਹੋ ਗਏ। ਅੱਛਾ, 20 ਸਾਲ ਤੋਂ ਤੁਸੀਂ ਇਹ ਬਰਫੀ ਦਾ? ਬਰਫੀ ਦਾ ਇਹ ਕੋਈ ਫਾਰਮੂਲਾ ਵੀ ਹੈ ਵੀ ਇੰਨੀ ਸਵਾਦ ਬਣਾਉਂਦੇ ਹੋ ਜਾਂ ਕੁਛ? ਉਹ ਤਾਂ ਹੁੰਦਾ ਹੀ, ਹੱਥ ਹੱਥ ਦਾ ਫਰਕ ਹੁੰਦਾ ਜੀ। ਅੱਛਾ, ਅਤੇ ਇਹ ਹੁਣ ਇਹ ਵੀ ਨਹੀਂ ਪਤਾ ਲੱਗਦਾ ਕਿ ਹਰ ਕੋਈ ਕਹਿੰਦਾ ਕਿ ਸਾਡੀ ਪੁਰਾਣੀ ਹੈ ਜਾਂ ਸਾਡੀ ਓਰੀਜਨਲ ਹੈ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਇੱਕ ਦੇ ਨਾਮ ਤੋਂ ਹਰ ਕੋਈ ਹੁਣ ਨਾਮਧਾਰੀ ਬਰਫੀ ਦੇ ਨਾਮ ਲਿਖ ਲੈਂਦਾ, ਪਰ ਅਸਲੀ ਕਿਹੜੀ ਹੈ, ਪਹਿਲਾਂ ਦੀ ਕਿਹੜੀ, ਇਹਦੇ ਬਾਰੇ ਕੁਝ ਨਹੀਂ ਪਤਾ। ਪਹਿਲਾਂ ਦੀ ਉਹ ਆਪ ਕੈਨੇਡਾ ਚਲੇ ਗਏ ਸੀਗੇ। ਅੱਛਾ, ਹਾਂ ਪਹਿਲਾਂ ਸੀਗੀ। ਠੀਕ ਹੈ, 20 ਸਾਲ ਦਾ, ਪਰ ਤੁਹਾਨੂੰ ਵੀ ਹੋਊਗਾ? ਹਾਂ, ਸਾਨੂੰ 20 ਸਾਲ। ਤੁਹਾਡੇ ਬਾਅਦ ਵੀ ਬਹੁਤ ਨੇ ਖੋਲੀਆਂ? ਹਾਂ ਜੀ, ਬਹੁਤ ਨੇ ਦੁਕਾਨਾਂ। ਅੱਛਾ ਅੱਛਾ ਅੱਛਾ, ਅਤੇ ਡਿਮਾਂਡ ਆਉਂਦੀ ਹੈ ਫਿਰ ਬਾਹਰੋਂ ਵੀ, ਵਿਦੇਸ਼ਾਂ 'ਚੋਂ ਵੀ? ਬਹੁਤ ਜੀ। ਅੱਛਾ, ਬਾਹਰ ਹੀ ਜਾਂਦੀ ਹੈ ਜ਼ਿਆਦਾਤਰ ਬਰਫੀ ਆਪਣੀ। ਅੱਛਾ ਅੱਛਾ ਅੱਛਾ, ਰੇਟ ਜਿਵੇਂ ਬਾਜ਼ਾਰ ਦੇ ਵਿੱਚ ਤਾਂ ਹੁਣ ਕਾਜੂ ਕਤਲੀ ਦਾ, ਦੂਜੀ ਦਾ ਬਹੁਤ ਰੇਟ ਹੋ ਗਿਆ, ਇਹ ਜਿਹੜੀ ਤੁਹਾਡੀ ਖੋਏ ਦੀ ਬਰਫੀ ਹੈ, ਇਹ ਕਿਵੇਂ ਡਿਸਾਈਡ ਕਰਦੇ ਹੋ ਵੀ ਕਿੰਨਾ ਕੁ ਰੇਟ ਰੱਖਣਾ ਹੈ, ਕਿਵੇਂ ਲਾਗਤ ਕਿੰਨੀ ਹੈ? ਬਿਲਕੁਲ ਜਾਇਜ਼ ਹੀ ਰੱਖਦੇ ਹਾਂ ਜੀ ਅਸੀਂ। ਅੱਛਾ, ਹੋਰ ਕੀ ਕੁਝ ਬਣਾਉਂਦੇ ਹੋ ਬਰਫੀ ਦੇ ਨਾਲ? ਨਾਲ ਬਰਫੀ ਦੇ ਨਾਲ ਮਿਲਕ ਕੇਕ ਤੇ ਲੱਡੂ। ਅੱਛਾ ਜੀ, ਤੇ ਜਿਵੇਂ ਤੁਹਾਡੀ ਕੁਲਫੀ ਤੇ ਬਿਸਕੁਟ, ਉਹ ਵੀ ਕਾਫੀ ਮਸ਼ਹੂਰ ਹੈ, ਉਹਦਾ ਕੀ ਕਾਰਨ ਹੈ? ਹਾਂਜੀ, ਉਹ ਵੀ ਪਿਓਰ ਦੇਸੀ ਘਿਓ ਦੇ ਨੇ। ਅੱਛਾ, ਇਹ ਜਿਹੜੇ ਰਸਤਿਆਂ ਦੇ ਵਿੱਚ ਬਹੁਤ ਥਾਵਾਂ ਤੇ ਵਿਕਦੇ ਨੇ, ਉਹ ਫੇਰੀ ਲਾ ਕੇ ਖੜਦੇ ਨੇ? ਉਹ ਤਾਂ ਆਪੋ ਆਪਣੇ ਬਸ ਬਣਾਈ ਜਾਂਦੇ ਆ। ਅੱਛਾ ਜੀ, ਉਹਨਾਂ ਨੇ ਵੀ ਗੋਲ ਪਟਕਾ ਨਾਮਧਾਰੀ ਵਾਲੀ ਡਰੈਸ ਪਾਈ ਹੁੰਦੀ ਹੈ? ਬਸ ਦੇਖੋ ਦੇਖੋ ਜ਼ਿਆਦਾ ਚੱਲਦਾ ਕੰਮ। ਠੀਕ ਹੈ, ਮਸ਼ਹੂਰੀ ਹੋ ਗਈ ਹੈ ਨਾ ਨਾਮਧਾਰੀ ਬਰਫੀ ਦੀ ਬਹੁਤ। ਅਤੇ ਸੋ ਇਹ ਬਲਕਰਨ ਸਿੰਘ ਨੇ ਜਿਹੜੇ 20 ਸਾਲਾਂ ਤੋਂ ਇੱਥੇ ਦੁਕਾਨ ਚਲਾ ਰਹੇ ਨੇ, ਅਤੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਬਰਫੀ ਸ਼ੁੱਧ ਖੋਏ ਦੀ ਅਤੇ ਦੇਸੀ ਘਿਓ ਦੀ ਬਣਾਉਂਦੇ ਆ ਤਾਂ ਟੇਸਟੀ ਬਣਦੀ ਹੈ। ਅਤੇ ਫਾਰਮੂਲਾ ਤਾਂ ਦੱਸਣਾ ਨਹੀਂ ਤੁਸੀਂ? ਨਹੀਂ, ਫਾਰਮੂਲੇ ਤਾਂ ਕੋਈ ਗੱਲ ਨਹੀਂ। ਅੱਛਾ, ਹਾਂਜੀ, ਕੋਈ ਖਾਸ ਫਾਰਮੂਲਾ ਨਹੀਂ ਬਣਾਉਣ ਦਾ। ਠੀਕ ਹੈ, ਕਿੰਨੇ ਘੰਟੇ 'ਚ ਬਰਫੀ ਹੋ ਜਾਂਦੀ ਤਿਆਰ? 2 ਘੰਟੇ 'ਚ ਤਿਆਰ ਹੋ ਜਾਂਦੀ। 2 ਘੰਟਿਆਂ 'ਚ ਤਿਆਰ ਹੋ ਜਾਂਦੀ ਹੈ? ਅੱਛਾ, ਕੁਆਲਿਟੀ ਨਾਲ ਤਾਂ ਨਹੀਂ ਫਿਰ ਵੀ ਘਟਾ ਲਓ, ਪੈਸੇ ਵਧਾ ਲਓ, ਥੋੜ੍ਹਾ ਜਿਹਾ ਵੱਧ ਕਮਾਈ ਹੋ ਜਾਂਦੀ ਹੈ? ਕਮਾਈ ਹੱਲ ਨਹੀਂ ਦੇਖਿਆ, ਕੁਆਲਿਟੀ ਹੱਲ ਦੇਖਿਆ। ਅੱਛਾ, ਇਹ ਕਾਰੀਗਰ ਫਿਰ ਤੁਹਾਨੂੰ ਆਪ ਵੀ ਆਉਂਦੇ ਜਾਂ ਕਾਰੀਗਰਾਂ ਦੇ ਸਿਰ 'ਤੇ ਚੱਲਦਾ ਸਿਸਟਮ? ਕਾਰੀਗਰਾਂ ਦੇ ਸਿਰ। ਸੋ ਭੈਣੀ ਸਾਹਿਬ ਦੇ ਵਿੱਚ ਮੌਜੂਦ ਹਾਂ, ਜਿਵੇਂ ਅਸੀਂ ਦੱਸ ਰਹੇ ਸੀਗੇ ਕਿ ਇੱਥੇ ਦੀ ਬਰਫੀ ਜਿਹੜੀ ਹੈ, ਖੋਏ ਦੀ ਬਰਫੀ ਬਹੁਤ ਮਸ਼ਹੂਰ ਹੈ, ਅਤੇ ਸਭ ਤੋਂ ਪੁਰਾਣੀ ਦੁਕਾਨ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ ਜਿਹੜੀ ਹਰਪ੍ਰੀਤ ਸਵੀਟਸ ਦੇ ਨਾਮ ਤੋਂ ਹੈ। ਅਤੇ ਬਾਈ ਜੀ ਸਾਡੇ ਨਾਲ ਨੇ। ਬਾਈ ਜੀ, ਕੀ ਨਾਮ ਤੁਹਾਡਾ? ਭੋਲਾ ਸਿੰਘ। ਭੋਲਾ ਸਿੰਘ ਜੀ, ਇਹ ਦੁਕਾਨ ਕਿੰਨੀ ਪੁਰਾਣੀ ਹੈ? ਇਹ ਸਾਨੂੰ 1985 ਤੋਂ ਸ਼ੁਰੂ ਹੋਈ ਹੈ ਜੀ। ਅੱਛਾ, ਹਾਂਜੀ, ਇਹਨਾਂ ਦੀ ਦੁਕਾਨ ਜਿਹੜੀ ਪਹਿਲਾਂ ਇਹਨਾਂ ਦੀ ਬਰਫੀ ਚਾਲੂ ਕਰੀ ਸੀਗੀ, ਸਭ ਤੋਂ ਪਹਿਲਾਂ ਜਿਹੜੀ ਖੋਏ ਵਾਲੀ ਬਰਫੀ ਹੈ ਦੇਸੀ ਘਿਓ ਵਾਲੀ, ਹਾਂਜੀ, ਉਹ ਹਰਪ੍ਰੀਤ ਸਵੀਟਸ ਤੋਂ ਹੀ ਸ਼ੁਰੂਆਤ ਹੋਈ। ਹਾਂਜੀ, ਉਹ ਤੋਂ ਬਾਅਦ ਖੁੱਲੀਆਂ ਫਿਰ ਹੋਰ ਦੁਕਾਨਾਂ ਜਿਹੜੀ ਸਾਰੀਆਂ ਬਾਅਦ 'ਚ? ਹਾਂਜੀ। ਅੱਛਾ, ਬਹੁਤ ਮਸ਼ਹੂਰ ਆ ਉਹਦੇ ਦੀ ਬਰਫੀ? ਹਾਂਜੀ, ਲੋਕ ਲਿਜਾਂਦੇ ਨੇ ਦੂਰੋਂ? ਹਾਂਜੀ ਹਾਂਜੀ, ਲਿਜਾਂਦੇ। ਇਹ ਬਰਫੀ ਤਾਂ ਬਹੁਤ ਸ਼ਹਿਰਾਂ 'ਚ ਬਣਦੀ ਹੈ, ਹੋਰ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ, ਪਰ ਇਹਦਾ ਕੀ ਫਰਕ ਹੈ? ਇਹ 'ਚ ਕੋਈ ਮਿਲਾਵਟ ਹੈ ਨਹੀਂ ਜੀ। ਖੰਡ, ਖੋਆ, ਘਿਓ, ਬਸ, ਹੋਰ ਕੋਈ ਆਈਟਮ ਨਹੀਂ ਚੌਥੀ। ਅੱਛਾ, ਤੇ ਲੋਕ ਦੂਰੋਂ ਦੂਰੋਂ ਲੈ ਕੇ ਜਾਂਦੇ? ਹਾਂਜੀ ਹਾਂਜੀ। ਇਹ ਜਿਹੜੀਆਂ ਹੋਰ ਦੁਕਾਨਾਂ ਤੇ ਖੁੱਲੀਆਂ ਨੇ, ਉਹ ਵੀ ਨਾਮਧਾਰੀ ਬਰਫੀ ਆ, ਤੁਹਾਡੀ ਵੀ ਨਾਮਧਾਰੀ ਬਰਫੀ ਆ? ਹਾਂਜੀ ਹਾਂਜੀ। ਕੋਈ ਫਰਕ ਵੀ ਉਹਦੇ ਵਿੱਚ? ਨਹੀਂ ਜੀ, ਕੋਈ ਚੀਜ਼ ਆ, ਫਰਕ ਤਾਂ ਕੋਈ ਨਹੀਂ, ਸਾਰੇ ਇੱਕੋ ਬਣਾਉਂਦੇ ਆ। ਅੱਛਾ, ਕੁਝ ਲੋਕ ਹੁਣ ਰਸਤਿਆਂ 'ਚ ਵੀ ਲਾਉਂਦੇ ਨੇ, ਫੜੀ ਲਾਉਂਦੇ ਨੇ, ਸਪਲਾਈ ਕਰਦੇ ਨੇ? ਉਹ ਫਿਰ ਇੱਦਾਂ ਦੁਕਾਨਾਂ ਤੋਂ ਲੈ ਜਾਂਦੇ ਜੀ। ਅੱਛਾ, ਦੁਕਾਨਾਂ ਤੋਂ ਲੈ ਜਾਂਦੇ। ਚਲੋ,
ਇਹ ਬਾਈ ਜੀ ਉਹਨੇ ਜਿਹੜੇ ਖੁਦ ਹੁਣ ਕੈਨੇਡਾ ਰਹਿੰਦੇ ਹਾਂ ਜੀ ਕੈਨੇਡਾ ਰਹਿੰਦੇ ਜੀ ਅੱਛਾ ਕਾਫੀ ਦੇਰ ਤੋਂ ਹਾਂ ਜੀ ਤੁਸੀਂ ਇੱਥੇ ਸੰਭਾਲਦੇ ਹੋ ਇਹਨਾਂ ਦਾ ਕੰਮ ਕਾਰ ਹਾਂ ਜੀ ਅਸੀਂ ਕੰਮ ਸੰਭਾਲਦੇ ਠੀਕ ਹੈ ਸੋ ਇਹ ਤੁਸੀਂ ਦੇਖ ਹੀ ਸਕਦੇ ਹੋ ਹਰਪ੍ਰੀਤ ਸਵੀਟਸ ਨਾਮਧਾਰੀ ਹਰਪ੍ਰੀਤ ਸਵੀਟਸ ਤੇ ਬਰਫੀ ਸਪੈਸ਼ਲਿਸਟ ਪ੍ਰੋਪਰਾਈਟਰ ਅਮਰ ਸਿੰਘ ਰਾਏ ਸਨ ਆਫ ਗੁਰਬਖਸ਼ ਸਿੰਘ ਰਾਏ ਸੋ ਇਹ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਦੀ ਹਰਪ੍ਰੀਤ ਇਹਨਾਂ ਦੇ ਬੇਟੇ ਦਾ ਨਾਮ ਸੀਗਾ ਹਾਂ ਜੀ ਅੱਛਾ ਹਰਪ੍ਰੀਤ ਦੇ ਨਾਮ ਤੋਂ ਇਹਨਾਂ ਨੇ ਦੁਕਾਨ ਖੋਲ੍ਹੀ ਅਤੇ ਇਹ ਭੈਣੀ ਸਾਹਿਬ ਦਾ ਸਥਾਨ ਹੈ ਜਿੱਥੇ ਨਾਮਧਾਰੀ ਬਰਫੀ ਬਹੁਤ ਮਸ਼ਹੂਰ ਹੈ ਦੇਸੀ ਘਿਓ ਦੀ ਬਰਫੀ ਇਹ ਬਣਾਉਂਦੇ ਨੇ ਖੋਏ ਦੀ ਬਰਫੀ ਸ਼ੁੱਧ ਬਰਫੀ ਬਣਾਈ ਜਾਂਦੀ ਹੈ ਸੋ ਭੈਣੀ ਸਾਹਿਬ ਦੇ ਵਿੱਚ ਇੱਕ ਹੋਰ ਦੁਕਾਨ ਹੈ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਕਿਉਂਕਿ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਭੈਣੀ ਸਾਹਿਬ ਦੀ ਨਾਮਧਾਰੀ ਬਰਫੀ ਮਸ਼ਹੂਰ ਕਿਉਂ ਹੈ ਇੱਥੇ ਦੇ ਬਿਸਕਟ ਮਸ਼ਹੂਰ ਨੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੱਡੇ ਪੱਧਰ 'ਤੇ ਬਿਸਕਟ ਜਿਹੜੇ ਨੇ ਦੇਸੀ ਘਿਓ ਦੇ ਉਹ ਪੈਕ ਹੋ ਰਹੇ ਨੇ ਇੱਥੋਂ ਹੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬਿਸਕੁਟ ਜਾਂਦੇ ਨੇ ਜਿਹੜੇ ਤੁਸੀਂ ਰਸਤੇ ਦੇ ਵਿੱਚ ਨਾਮਧਾਰੀ ਬਿਸਕੁਟ ਦੇ ਨਾਮ 'ਤੇ ਲੈਂਦੇ ਹੋ ਉਹ ਭੈਣੀ ਸਾਹਿਬ ਤੋਂ ਹੀ ਤਿਆਰ ਹੋ ਕੇ ਜਾਂਦੇ ਨੇ ਇੱਥੋਂ ਹੀ ਬਰਫੀ ਅਤੇ ਇੱਥੋਂ ਹੀ ਕੁਲਫੀਆਂ ਬਣਦੀਆਂ ਨੇ ਅਤੇ ਦੇਸ਼ਾਂ ਵਿਦੇਸ਼ਾਂ ਤੱਕ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੱਕ ਜਾਂਦੇ ਨੇ ਇਸ ਵੇਲੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਕੁਲਵੰਤ ਸਿੰਘ ਕੁਲਵੰਤ ਸਿੰਘ ਜੀ ਕਿੰਨੀ ਦੇਰ ਤੋਂ ਤੁਸੀਂ ਜੁੜੇ ਹੋਏ ਹੋ ਇੱਥੇ ਅਤੇ ਇਸ ਕੰਮ ਦੇ ਨਾਲ ਵੀ ਸਾਨੂੰ 5 ਸਾਲ ਹੋ ਗਏ ਅੱਛਾ ਹਾਂਜੀ ਸ੍ਰੀ ਭੈਣੀ ਸਾਹਿਬ ਰਹਿੰਦੇ ਹਨ ਜੀ ਜੀ ਅਤੇ ਪਹਿਲਾਂ ਸਾਡਾ ਕੁਲਫੀ ਦਾ ਕੰਮ ਸੀ ਅੱਛਾ ਹਾਂਜੀ ਪਿਛਲੇ ਸਾਲ ਫਿਰ ਅਸੀਂ ਬਿਸਕੁਟ ਬਣਾਉਣੇ ਸ਼ੁਰੂ ਕੀਤੇ ਦੇਸੀ ਘਿਓ ਵਾਲੇ ਜੀ 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 ਹਾਂਜੀ ਮਤਲਬ ਸਾਡੀ ਵਧੀਆ ਚੀਜ਼ ਹੁੰਦੀ ਖੋਏ ਵਾਲੀ ਬਰਫੀ ਵੀ ਸਾਡੀ ਪਿਓਰ ਹੁੰਦੀ ਹੈ ਦੇਸੀ ਘਿਓ ਅਤੇ ਬਿਸਕੁਟ ਸਾਡੇ ਦੇਸੀ ਘਿਓ ਦੇ ਬਣਦੇ ਖੋਏ ਦੀ ਸਾਡੀ ਹੁਣ ਦੁਕਾਨਾਂ ਬਹੁਤ ਖੁੱਲ੍ਹੀ ਜਾਂਦੀਆਂ ਨੇ ਭੈਣੀ ਸਾਹਿਬ ਦੇ ਵਿੱਚ ਨਾਮਧਾਰੀ ਦੇ ਨਾਮ 'ਤੇ ਕਿਹੜੀ ਨੂੰ ਅਸਲੀ ਮੰਨੀਏ ਕਿਹਨੂੰ ਸਹੀ ਮੰਨੀਏ ਭਾਜੀ ਇਹ ਤਾਂ ਹੁਣ ਸਾਹੀ ਤਾਂ ਆਪਦੀ ਚੀਜ਼ ਨੂੰ ਹਰ ਕੋਈ ਵਧੀਆ ਕਹਿੰਦਾ ਠੀਕ ਹੈ ਨਾ ਆਪਾਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਪਰ ਗਲਤੀ ਇਹ ਹੈ ਜਿਹੜਾ ਭੈਣੀ ਸਾਹਿਬ ਦੇ ਨਾਂ ਦੇ ਜਿਹੜੇ ਬਾਹਰਲੇ ਪਿੰਡਾਂ 'ਚ ਖੁੱਲ੍ਹੀਆਂ ਨਾ ਦੁਕਾਨਾਂ ਜੀ ਉਹ ਕੰਮ ਖਰਾਬ ਕਰਦੇ ਉਹ ਨਾਲ ਸਾਡਾ ਵੀ ਨਾਲ ਬਦਨਾਮੀ ਹੁੰਦੀ ਆ ਵੀ ਭੈਣੀ ਸਾਹਿਬ ਦੇ ਨਾਂ 'ਤੇ ਹੁਣ ਜਿਵੇਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੁਲਫੀਆਂ ਲੋਕ ਬਣਾਉਂਦੇ ਜਾਂ ਲੁਧਿਆਣੇ ਬਣਾਉਂਦੇ ਆ ਉਹ ਵੀ ਭੈਣੀ ਸਾਹਿਬ ਦੇ ਨਾਂ 'ਤੇ ਅਸੀਂ ਆਪ ਦੇਖਦੇ ਹਾਂ ਵੀ ਦਰਾਹੇ ਕੋਲ ਕੁਲਫੀ ਵਾਲਾ ਖੜਾ ਉਹਦੀ ਭੇਸ਼ ਭੂਸ਼ਾ ਜ਼ਰੂਰ ਨਾਮਧਾਰੀ ਭਾਈਚਾਰੇ ਦੀ ਹੈ ਪਰ ਉਹ ਅਸਲ ਦੇ ਵਿੱਚ ਕਿਸੇ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਹਾਂਜੀ ਹਾਂਜੀ ਉਹ ਕਿਸ ਸ਼ਾਇਦ ਹੋਰ ਕਿਸੇ ਦੀ ਕੁਲਫੀ ਵੇਚਦਾ ਸ਼ਾਇਦ ਉਹ ਭੈਣੀ ਸਾਹਿਬ ਦੀ ਨਾਂ ਹੀ ਵੇਚਦਾ ਪਰ ਨਾਮ ਤੁਹਾਡਾ ਯੂਜ਼ ਕਰਦਾ ਪਰ ਨਾਮ ਸਾਡਾ ਯੂਜ਼ ਕਰਦਾ ਵੀ ਸਾਡੀ ਕੁਲਫੀ ਜ਼ਿਆਦਾ ਵਿਕੂਗੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਗਲਤ ਹੋ ਰਿਹਾ ਫਿਰ ਜੇ ਤੁਹਾਡਾ ਠੱਪਾ ਹੈ ਇੱਕ ਚੀਜ਼ 'ਤੇ ਉਹ ਵਧੀਆ ਚੀਜ਼ ਹੈ ਜਿਹੜੀ ਉੱਥੇ ਤੁਹਾਡੇ ਨਾਮ ਤੋਂ ਵਿਕ ਰਹੀ ਹੈ ਉਹ ਕੁਆਲਿਟੀ ਹੈ ਨਹੀਂ ਗਲਤ ਗਲਤ ਹੈ ਜੀ ਹੁਣ ਆਪਣੇ ਆਪ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਤਾਂ ਨਹੀਂ ਵੀ ਚਿੱਟਾ ਕੱਪੜੇ ਪਾਏ ਅਤੇ ਪਟਕਾ ਉਸ ਤਰ੍ਹਾਂ ਬੰਨਿਆ ਕਾਲੇ ਕੁਲਫੀ ਬਣਾਉਂਦਾ ਜਾਂ ਕੋਈ ਜਲੰਧਰ ਬਣਾਉਂਦਾ ਜਾਂ ਕੋਈ ਮੋਗੇ ਬਣਾਉਂਦਾ ਉਹ ਆਪਣੇ ਘਰੇ ਬਣਾਉਂਦੇ ਆ ਨਾ ਭੈਣੀ ਸਾਹਿਬ ਦਾ ਯੂਜ਼ ਕਰਦੇ ਆ ਇਹ ਕੁਲਫੀ ਜਿਹੜੀ ਖੋਏ ਵਾਲੀ ਪਿਓਰ ਆ ਕੁਲਫੀਆਂ ਤਾਂ ਬੜੇ ਚਿਰ ਦੀਆਂ ਖੋਏ ਵਾਲੀਆਂ ਬਣਦੀਆਂ ਕੋਈ ਕਿਵੇਂ ਦੀ ਬਣਾਉਂਦਾ ਕੋਈ ਘੜੇ ਵਾਲੀ ਬਣਾਉਂਦਾ ਸੀ ਖੋਏ ਵਾਲੀ ਇਹ ਭੈਣੀ ਸਾਹਿਬ ਤੋਂ ਸ਼ੁਰੂ ਹੋਈ ਜੀ ਜੀ ਅਤੇ ਹਜੇ ਵੀ ਜਿਹੜਾ ਭੈਣੀ ਸਾਹਿਬ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮਿਲਾਵਟ ਕਰਦਾ ਹੋਊ ਅੱਛਾ ਜੀ ਵਧੀਆ ਕੁਲਫੀਆਂ ਬਣਾਉਂਦੇ ਆਪਣੇ ਆਪ ਉਹਨੂੰ ਹੁੰਦਾ ਮੇਰੀ ਵਧੀਆ ਬਣੇ ਦੂਸਰੇ ਨੂੰ ਹੁੰਦਾ ਯਾਰ ਮੇਰੀ ਵਧੀਆ ਬਣੇ ਜ਼ਿਆਦਾ ਵਿਕੂਗੀ ਅੱਛਾ ਇਹ ਕਾਰਨ ਕੀ ਹੈ ਇੱਥੇ ਤੋਂ ਜਿਹੜੀ ਬਰਫੀ ਦਾ ਜਾਂ ਬਿਸਕੁਟ ਦਾ ਜਾਂ ਕੁਲਫੀ ਦਾ ਕੋਈ ਵਰਦਾਨ ਹੈ ਕੋਈ ਗੱਲ ਜੁੜੀ ਹੋਈ ਹੈ ਜਾਂ ਵੈਸੇ ਹੀ ਹੈ ਬਾਜੀ ਸਾਡੇ ਸਤਿਗੁਰ ਦੀ ਕਿਰਪਾ ਜੀ ਸਾਡਾ ਸਤਿਗੁਰ ਅਮੀਰ ਹੈ ਤੇ ਉਹਨੇ ਸਾਡਾ ਕੰਮ ਚਲਾਇਆ ਅੱਛਾ ਸਭ ਤੋਂ ਵੱਡੀ ਗੱਲ ਇਹ ਹੈ ਬਸ ਉਹਨੇ ਕਿਰਪਾ ਕੀਤੀ ਆ ਬਸ ਸਭ ਤੋਂ ਜਦੋਂ ਅਸੀਂ ਖੋਏ ਬਰਫੀ ਬਣਾਉਂਦੇ ਆ ਨਾ ਇਹਦੇ ਵਿੱਚ 2-3 ਚੀਜ਼ਾਂ ਹੀ ਹੁੰਦੀਆਂ ਖੋਇਆ ਖੰਡ ਤੇ ਘਿਓ ਚੌਥੀ ਚੀਜ਼ ਨਹੀਂ ਹੁੰਦੀ ਕੋਈ ਟ੍ਰੇਨਿੰਗ ਵੀ ਲੈਂਦੇ ਹੋ ਜਾਂ ਫਿਰ ਕਿੱਦਾਂ ਹੁੰਦਾ ਟ੍ਰੇਨਿੰਗ ਆਪੇ ਹੌਲੀ ਲਈ ਸਰ ਆ ਗਿਆ ਜਾ ਅੱਛਾ ਹਾਂਜੀ ਵਧੀਆ ਚੀਜ਼ ਬਣਾਵਾਂਗੇ ਤੇ ਮੈਂ ਦੇਖ ਰਿਹਾ ਕਾਫੀ ਵੱਡੀ ਤਦਾਦ ਦੇ ਵਿੱਚ ਕਾਫੀ ਵੱਡੀ ਮਾਤਰਾ 'ਚ ਬਿਸਕੁਟ ਇੱਥੇ ਬਣਦੇ ਨੇ ਰੋਜ਼ ਤਿਆਰ ਹੋ ਰਹੇ ਨੇ ਬਿਸਕੁਟ ਬਣਦੇ ਆ ਸਾਡੇ ਬੱਚੇ ਹੁਣ ਲੋਕਡਾਊਨ 'ਚ ਵਿਹਲੇ ਆ ਅੱਛਾ ਜੀ ਮੈਡਮ ਆਉਂਦੀ ਟਿਊਸ਼ਨ ਪੜਾ ਕੇ ਚੱਲੀ ਜਾਂਦੀ ਬਾਅਦ ਛੱਡਣਾ ਬਹੁਤ ਹੈਲਪ ਕਰ ਉਹ ਤੁਹਾਡਾ ਪਰਿਵਾਰ ਪੂਰਾ ਮਦਦ ਕਰ ਰਿਹਾ ਇਹ ਸਾਡੇ ਸਾਰੇ ਆਪ ਦੇ ਬੱਚੇ ਠੀਕ ਹੈ ਜੀ ਅੱਛਾ ਜੀ ਘਰ ਦੇ ਸਾਡੀ ਮੰਮੀ ਠੀਕ ਹੈ ਜੀ ਸਾਡੇ ਬੱਚੇ ਮਤਲਬ ਸਾਰੇ ਹੈਲਪ ਕਰ ਅੱਛਾ ਇੱਕ ਮਨ 'ਚ ਹੈਗਾ ਕਿ ਕੁਆਲਿਟੀ ਦੇਣੀ ਹੈ ਬਸ ਮਨ 'ਚ ਇਹੋ ਹੀ ਆ ਵੀ ਕੋਈ ਇਹ ਨਾ ਕਹਦੇ ਵੀ ਤੁਹਾਡੀ ਚੀਜ਼ ਮਾੜੀ ਕਿਉਂਕਿ ਅੱਜ ਕੱਲ੍ਹ ਤਾਂ ਪੈਸਾ ਮੁੱਖ ਹੋ ਗਿਆ ਨਾ ਕਿ ਪੈਸਾ ਕਮਾਉਣਾ ਸੀ ਨਹੀਂ ਨਹੀਂ ਪੈਸਾ ਇੱਦਾਂ ਵੀ ਕਮਾਇਆ ਜਾਂਦਾ ਭਾਜੀ ਵਧੀਆ ਚੀਜ਼ ਦਾ ਜੇ ਮਾੜੀ ਚੀਜ਼ ਵੇਚਾਂਗੇ ਥੋੜੇ ਦਿਨ ਚੱਲੂਗੀ ਬੰਦ ਹੋ ਦੂਰੋਂ ਦੂਰ ਆਉਂਦੇ ਨੇ ਲੋਕ ਸਾਡੇ ਕੋਲ ਜੀ ਸਹੀ ਪੁੱਛੋ ਤਾਂ ਬਾਹਰ ਵੀ ਬਰਫੀ ਜਾਂਦੀ ਹੈ ਅੱਛਾ ਹਾਂ ਸਪੈਸ਼ਲ ਅਗਲੇ ਇੱਕ ਦਿਨ ਪਹਿਲਾਂ ਦੱਸ ਦਿੰਦੇ ਭਾਜੀ ਅਸੀਂ ਕੱਲ੍ਹ ਨੂੰ ਸਾਡੀ ਫਲੈਟ ਅਸੀਂ ਬਰਫੀ ਲੈ ਕੇ ਜਾਣੀ ਕਈ ਵਾਰੀ ਹੁੰਦਾ ਕਿ ਆਰਡਰ ਹੀ ਨਹੀਂ ਪੂਰਾ ਹੁੰਦਾ ਇੱਦਾਂ ਕਦੀ ਪ੍ਰੋਗਰਾਮ ਜਿਵੇਂ ਰੱਖੜੀ ਜਾਂ ਦੀਵਾਲੀ ਆਊਗੀ ਉਦੋਂ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਹਾਂਜੀ ਠੀਕ ਹੈ ਹੁਣ ਬਿਸਕੁਟ ਕੀ ਕਰਦੇ ਹੋ ਤਿਆਰ ਬਿਸਕੁਟ ਕੁਲਫੀ ਤੇ ਬਰਫੀ ਖੋਏ ਵਾਲੀ ਅੱਛਾ ਤਿੰਨ ਚੀਜ਼ਾਂ ਆਪਣੇ ਮੇਂ ਇਹ ਤਿੰਨੇ ਦੇਸੀ ਘਿਓ ਦੀਆਂ ਹਾਂ ਦੇਸੀ ਘਿਓ ਤੇ ਖੋਏ ਦੀ ਕੁਲਫੀ ਖੋਏ ਦੀ ਕੁਲਫੀ ਸਿਰਫ ਦੁੱਧ ਦੀ ਖੰਡ ਤੀਜੀ ਚੀਜ਼ ਕੁਝ ਨਹੀਂ ਨਹੀਂ ਫਿਰ ਦੁੱਧ ਕਿੱਥੋਂ ਲੈਨੇ ਹੋ ਆਲੇ ਦੁਆਲੇ ਹੋ ਦੁੱਧ ਡੇਰੀਆਂ ਤੋਂ ਹੁੰਦਾ ਅੱਛਾ ਜਿਵੇਂ ਰਾਏ ਕੋਟ ਵਾਲੀ ਸਾਈਡ ਜਾਂ ਡੇਰੀਆਂ ਫੈਂਡ ਕਰ
ਮਤਲਬ ਇੱਥੇ ਹੀ ਬੰਦਾ ਜਿਹੜਾ ਅਸੀਂ ਅਚਾਰ ਲਿਆਉਣੇ ਅਸੀਂ ਇਹ ਵੀ ਸਾਡੇ ਨਾਮਧਾਰੀ ਬੰਦੇ ਰੋਡ ਤੋਂ ਬਣਾਉਂਦੇ ਉਹਨਾਂ ਤੋਂ ਲਈ ਅੱਛਾ ਮਤਲਬ ਜਿਹੜਾ ਤੁਸੀਂ ਹੁਣ ਨਾਮਧਾਰੀ ਨਾਮ ਚੀਜ਼ ਨਾਲ ਜੁੜ ਗਿਆ ਤਾਂ ਤੁਸੀਂ ਚਾਹੁੰਦੇ ਹੋ ਕਿ ਉਹ ਨਾਮ ਉਵੇਂ ਤਰ੍ਹਾਂ ਕਾਇਮ ਰਹੇ ਮਤਲਬ ਹਾਂ ਭਾਜੀ ਸਾਨੂੰ ਬੜੀ ਖੁਸ਼ੀ ਆ ਵੀ ਦੂਰੋਂ ਦੂਰੋਂ ਲੋਕ ਆਉਂਦੇ ਅਗਲੇ ਕਹਿੰਦੇ ਭੈਣੀ ਸਾਹਿਬ ਜਾਣ ਅੱਛਾ ਸਾਡੇ ਪਹਿਲੀ ਗੱਲ ਤਾਂ ਭੈਣੀ ਸਾਹਿਬ ਦਾ ਨਾਮ ਪਹਿਲਾਂ ਹੀ ਬੜਾ ਮਸ਼ਹੂਰ ਜੀ ਜੀ ਤੇ ਕੁਲਫੀ ਤੇ ਬਰਫੀ ਦੇ ਕਾਰਨ ਥੋੜ੍ਹਾ ਸੱਚ ਪਾਸ਼ਾ ਨੇ ਹੋਰ ਕਿਰਪਾ ਕੀਤੀ ਆ ਸਭ ਨੂੰ ਪਤਾ ਲੱਗ ਗਿਆ ਭੈਣੀ ਸਾਹਿਬ ਕਿੱਥੇ ਅੱਛਾ ਜੀ ਕਈਆਂ ਨੂੰ ਨਹੀਂ ਪਤਾ ਕੰਪੀਟੀਸ਼ਨ ਵੀ ਆਪਸ 'ਚ ਫਿਰ ਹੁਣ ਇੱਥੇ ਹਾਂ ਥੋੜ੍ਹਾ ਥੋੜ੍ਹਾ ਹੈਗਾ ਕੋਈ ਜ਼ਿਆਦਾ ਨਹੀਂ ਜੀ ਥੋੜ੍ਹਾ ਜਾਣੀ ਹੈ ਜ਼ਿਆਦਾ ਕੁਲਫੀ ਵਾਲੇ ਬੰਦੇ ਨੇ ਕਿ ਭੈਣੀ ਸਾਹਿਬ ਅੱਛਾ ਜਿਹੜੇ ਬਾਹਰੋਂ ਆਪਣੇ ਸਾਡੇ ਭੈਣੀ ਸਾਹਿਬ ਦੇ ਨਾਮ ਤੇ ਵੇਚਦੇ ਆਪਸੀ ਭਾਈਚਾਰਾ ਵੀ ਕਾਇਮ ਹੈ ਕਿਉਂਕਿ ਦੁਕਾਨਾਂ ਦਾ ਤੁਹਾਡੇ ਨਾਲ ਹੋਰ ਵੀ ਖੁੱਲ੍ਹ ਗਈਆਂ ਮੈਨੂੰ ਲੱਗਦਾ ਨਹੀਂ ਜੀ ਅਗਲਾ ਮਾੜਾ ਮੋਟਾ ਕਰਦਾ ਵੈਸੇ ਠੀਕ ਹੈ ਵਧੀਆ ਅਸੀਂ ਤਾਂ ਸਾਰੇ ਠੀਕ ਹੈ ਮਿਹਨਤ ਕਰ ਰਹੇ ਹੋ ਸਾਡੇ ਸਾਰੇ ਬੰਦੇ ਵਧੀਆ ਅੱਛਾ ਜੀ ਭੈਣੀ ਸਾਹਿਬ ਠੀਕ ਹੈ ਤੇ ਕੁਆਲਿਟੀ ਕਾਇਮ ਰਹੂਗੀ ਐਵੇਂ ਇਵੇਂ ਕਾਇਮ ਰਹੂਗੀ ਮੈਂ ਤਾਂ ਬਾਕੀਆਂ ਨੂੰ ਵੀ ਕਹਿੰਦਾ ਸਾਰੇ ਵੀ ਵਧੀਆ ਚੀਜ਼ ਬਣਾਓ ਤੇ ਵਧੀਆ ਵੇਚੋ ਪੈਸੇ ਭਾਵੇਂ ਦੋ ਘੱਟ ਕਮਾਓ ਪਰ ਜਿਹੜੀ ਮਨ ਦੀ ਖੁਸ਼ੀ ਆ ਨਾ ਕਿਸੇ ਨੂੰ ਵਧੀਆ ਚੀਜ਼ ਦੇ ਕੇ ਮਿਲਦੀ ਆ ਤੇ ਮਾੜੀ ਚੀਜ਼ ਦੇ ਕੇ ਨਹੀਂ ਮਿਲਦੀ ਕਦੇ ਕਿਸੇ ਨੇ ਸ਼ਿਕਾਇਤ ਵੀ ਕੀਤੀ ਆ ਵੀ ਭਾਈ ਸਾਹਿਬ ਬਰਫੀ ਲੈ ਕੇ ਗਏ ਸੀ ਵਧੀਆ ਨਹੀਂ ਆਈ ਨਹੀਂ ਇਦਾਂ ਕਦੀ ਹੋਇਆ ਨਹੀਂ ਅੱਛਾ ਹਾਂ ਤੇ ਮੈਂ ਤਾਂ ਨਾ ਹੀ ਹੋਵੇ ਠੀਕ ਹੈ ਹਾਂਜੀ ਵਧੀਆ ਗੱਲ ਚੈੱਕ ਕਰਦੇ ਹੋ ਕੁਆਲਿਟੀ ਖੁਦ ਸੋਨੂੰ ਭਾਜੀ ਬਣਾਉਂਦੇ ਆ ਸੋਨੂੰ ਇਹ ਤਰ੍ਹਾਂ ਇਹ ਬਰਫੀ ਬਣਾਉਂਦੇ ਕਈ ਵਾਰੀ ਹੋ ਸਕਦਾ ਕਈ ਵਾਰੀ ਮਿੱਠਾ ਥੋੜਾ ਵੱਧ ਪੈ ਜਾਏ ਜਾਂ ਕੋਈ ਕਦੀ ਕਦੀ ਫਿਰ ਮਨ ਨੂੰ ਆਉਂਦਾ ਵੀ ਕਿਉਂ ਸ਼ਿਕਾਇਤ ਆਈ ਅੱਛਾ ਆਪ ਹੀ ਬਣਾਉਂਦੇ ਅੱਛਾ ਮਤਲਬ ਆਪ ਹੀ ਸਾਰੇ ਹੱਥੀ ਕੰਮ ਕਰਦੇ ਜਿਵੇਂ ਪਰਿਵਾਰ ਇੱਥੇ ਕਰਦਾ ਏ ਬਰਫੀ ਵੀ ਆਪ ਬਣਾਉਂਦੇ ਹੋ ਸਾਰਾ ਕੁਝ ਦੁੱਧ ਖੋਆ ਬਰਫੀ ਅਸੀਂ ਆਪ ਹੀ ਬਣਾਉਂਦੇ ਆ ਲੇਬਰ ਮਤਲਬ ਜਿਵੇਂ ਅਸੀਂ ਮਾਲ ਸਮਾਨ ਤਿਆਰ ਕਰ ਦਿੰਦੇ ਕੁਲਫੀ ਲੇਬਰ ਬਣਾਉਂਦੀ ਆ ਮਿਹਨਤ ਕੜਾਹਿਆਂ ਦਾ ਕੰਮ ਮੇਨ ਸਾਡੇ ਕੋਲ ਹੀ ਮਿਹਨਤ ਬਹੁਤ ਆਉਂਦੀ ਹਾਂ ਦੁੱਧ ਦੇ ਕੰਮ 'ਚ ਮਿਹਨਤ ਬਹੁਤ ਆ ਜੀ ਮਾੜਾ ਜਿਹਾ ਆਸੇ ਪਾਸੇ ਹੋ ਜੂ ਉੱਬਲ ਵੀ ਜਾਂਦਾ ਤੇ ਖਰਾਬ ਹੁੰਦਾ ਵੀ ਤੇ ਡਰ ਹੁੰਦਾ ਕਿਉਂਕਿ ਗਰਮੀ ਦਾ ਵੀ ਮੌਸਮ ਹੈ ਗਰਮੀ ਵੀ ਜਦੋਂ ਹੁਣ ਸੀਜ਼ਨ 'ਚ ਅੱਗ ਦੇ ਕੋਲੇ ਖੜਨਾ ਉਹ ਭਾਜੀ ਡੀਪ ਫ੍ਰਿਜ ਉਹ ਫਿਰ ਬਿਨਾ ਉਵੇਂ ਦਾ ਹੋ ਜਾਂਦਾ ਬੰਦਾ ਅਸੀਂ ਪਹਿਲਾਂ ਹੀ ਜੱਟ ਹੈਗੇ ਆ ਤੇ ਖੇਤਾਂ 'ਚ ਕੰਮ ਕਰਦੇ ਰਹੇ ਮੱਝਾਂ ਚਾਰਦੇ ਰਹੇ ਆ ਅੱਛਾ ਕਣਕਾਂ ਵੱਢਦੇ ਰਹੇ ਸਾਡੀ ਮੰਮੀ ਵੀ ਕਣਕਾਂ ਵੱਢਦੀ ਰਹੀ ਨਾਲ ਅੱਛਾ ਜੀ ਹਾਂ ਤਾਂ ਸਾਨੂੰ ਇਹ ਪਤਾ ਵੀ ਇਹ ਕੰਮ ਕਿਵੇਂ ਕੀਤੇ ਜਾਂਦੇ ਬੱਚਿਆਂ ਨੂੰ ਵੀ ਪਤਾ ਲੱਗ ਰਿਹਾ ਮਿਹਨਤ ਕਰਨੀ ਆ ਇਹਨਾਂ ਨੂੰ ਹਜੇ ਤਾਂ ਭੈਣੀ ਸਾਹਿਬ ਵੀ ਪੈਦਾ ਹੋਏ ਆ ਅੱਛਾ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਅੱਛਾ ਜੀ ਹਾਂਜੀ ਇਹਨਾਂ ਨੂੰ ਹੋਰ ਹੀ ਪਤਾ ਲੱਗੂ ਵੈਸੇ ਬੱਚੇ ਸਾਡੇ ਬਹੁਤ ਮਿਹਨਤ ਕਰ ਠੀਕ ਹੈ ਜੀ ਹਾਂਜੀ ਉਹ ਧੀਆਂ ਲੱਗੀਆਂ ਹੋਈਆਂ ਨੇ ਬੱਚੇ ਛੋਟੇ ਛੋਟੇ ਲੱਗੇ ਹੋਏ ਨੇ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਹੈ ਸੁਖਵੰਤ ਸਿੰਘ ਸੋਨੂੰ ਕਹਿੰਦੇ ਹੋ ਇਹ ਕਹਿੰਦੇ ਤੁਸੀਂ ਬਣਾਉਂਦੇ ਹੋ ਬਰਫੀ ਕੀ ਕੀ ਫਾਰਮੂਲਾ ਹੈ ਦੱਸ ਦਿਓ ਥੋੜ੍ਹਾ ਜਿਹਾ ਲੋਕ ਕਹਿੰਦੇ ਬਹੁਤ ਸਵਾਦਿਸ਼ਟ ਬਰਫੀ ਹੈ ਅੱਛਾ ਅੱਛਾ ਇਹੀ ਖਾਸੀਅਤ ਪਿਆਰ ਨਾਲ ਬਿਨਾਂ ਲਾਲਚ ਤੋਂ ਬਣਾਉਂਦੇ ਹੋ ਚਲੋ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਗੱਲਬਾਤ ਕਰਨ ਦੇ ਲਈ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਭੈਣੀ ਸਾਹਿਬ ਦੀ ਨਾਮਧਾਰੀ ਬਰਫੀ ਉਰੇ ਦੀ ਕੁਲਫੀ ਅਤੇ ਉਰੇ ਦੇ ਹੁਣ ਲੱਡੂ ਤੱਕ ਮਸ਼ਹੂਰ ਹੋ ਰਹੇ ਨੇ ਕੁਲਫੀ ਮਸ਼ਹੂਰ ਹੋ ਰਹੀ ਹੈ ਖੋਏ ਦੀ ਅਤੇ ਬਿਸਕੁਟ ਵੀ ਮਸ਼ਹੂਰ ਹੋ ਰਹੇ ਨੇ ਰਾਹਾਂ ਦੇ ਵਿੱਚ ਤੁਸੀਂ ਦੇਖਦੇ ਹੋਣੇ ਕਿ ਕਿਵੇਂ ਭੈਣੀ ਸਾਹਿਬ ਦੇ ਨਾਮ 'ਤੇ ਇਹ ਕੁਲਫੀਆਂ ਵੇਚੀਆਂ ਜਾਂਦੀਆਂ ਨੇ ਜਾਂ ਉਹ ਪਤਾ ਨਹੀਂ ਓਰੀਜਨਲ ਹੈਗੀਆਂ ਕਿ ਨਹੀਂ ਹੈਗੀਆਂ ਪਰ ਇੱਥੇ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਉਹ ਭੈਣੀ ਸਾਹਿਬ ਦੇ ਵਿੱਚ ਜਿਹੜੀ ਬਣ ਰਹੀ ਹੈ ਉਹ ਵਾਕਈ ਹੀ ਕੁਆਲਿਟੀ ਵਾਲੀ ਵੀ ਹੈ ਅਤੇ ਓਰੀਜਨਲ ਵੀ ਹੈ ਜਦੋਂ ਕਿਤੇ ਤੁਸੀਂ ਆਓ ਤਾਂ ਜ਼ਰੂਰ ਇੱਥੇ ਆ ਕੇ ਦੇਖੋ ਅਤੇ ਸਵਾਦ ਚੱਕ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਵਾਕਈ ਫਰਕ ਹੈ ਇੱਥੇ ਦਾ ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਵੀਰ ਸਿੰਘ ਰਾਣਾ